ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕੇਸ ਸਟੱਡੀ ਉਹਨਾਂ ਸਟੂਡੈਂਟਸ ਲਈ ਜੋ ਕਿ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਸਪਾਊਸ ਵੀਜ਼ੇ ਦੇ ਉੱਤੇ। ਆਸਟ੍ਰੇਲੀਆ ਇੱਕ ਉਹ ਕੰਟਰੀ ਹੈ ਜਿੱਥੇ ਹਸਬੈਂਡ ਵਾਈਫ ਇਕੱਠੇ ਜਾ ਸਕਦੇ ਨੇ, ਇੱਕ ਸਟੂਡੈਂਟ ਵੀਜ਼ਾ, ਦੂਸਰੇ ਕੋਲ ਡਿਪੈਂਡੈਂਟ ਵੀਜ਼ਾ, ਫੁੱਲ ਟਾਈਮ ਵਰਕਿੰਗ ਰਾਈਟਸ। ਬਟ ਬਹੁਤ ਸਾਰੀ ਮਿਥ, ਬਹੁਤ ਸਾਰੇ ਫੇਅਰਸ ਇਹਦੇ ਵਿੱਚ ਰਹਿੰਦੇ ਨੇ, ਜਿਹਦਾ ਇੱਕ ਸਭ ਤੋਂ ਵੱਡਾ ਇਗਜ਼ਾਮਪਲ ਹੈਗਾ ਕਿ ਹਸਬੈਂਡ ਦੀ ਕੁਆਲੀਫਿਕੇਸ਼ਨ ਕੀ ਹੈ। ਬਹੁਤ ਸਾਰੀਆਂ ਯੂਨੀਵਰਸਿਟੀਜ਼, ਬਹੁਤ ਸਾਰੇ ਕਾਲਜਿਸ ਨੇ ਪੁੱਛਣਾ ਸ਼ੁਰੂ ਕਰਤਾ, ਬਟ ਉਸ ਕੁਆਲੀਫਿਕੇਸ਼ਨ ਦੇ ਬੇਸ ਦੇ ਉੱਤੇ ਵੀਜ਼ਾ ਰਿਫਿਊਜ਼ ਨਹੀਂ ਜੇ ਹੁੰਦਾ, ਔਰ ਉਸ ਕੁਆਲੀਫਿਕੇਸ਼ਨ ਦੇ ਬੇਸ ਦੇ ਉੱਤੇ ਵੀਜ਼ਾ ਗ੍ਰਾਂਟ ਨਹੀਂ ਜੇ ਹੁੰਦਾ। ਸੋ ਇਹ ਇੱਕ ਕੇਸ ਹੈ, ਸਟੂਡੈਂਟ ਦਾ ਨਾਮ ਹਾਈਡ ਕੀਤਾ ਫੋਰ ਪਰਸਨਲ ਰੀਜ਼ਨਸ, ਆਹ ਉਹਦੇ ਸਪਾਊਸ ਦਾ ਪਾਸਪੋਰਟ ਹੈ। ਸੋ ਹਸਬੈਂਡ ਵਾਈਫ ਦੋਨੋਂ ਇਕੱਠੇ ਗਏ। ਸਟੂਡੈਂਟ ਦੀ ਕੁਆਲੀਫਿਕੇਸ਼ਨ ਜੇ ਤੁਸੀਂ ਦੇਖੋ, ਬੈਚਲਰਸ ਕੀਤੀ ਹੋਈ ਹੈ ਸਟੂਡੈਂਟ ਨੇ ਮਈ 2015 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ, ਫਿਰ ਦੁਬਾਰਾ ਮਾਸਟਰਸ ਕੀਤੀ ਹੋਈ ਹੈ। ਸੋ ਇਹ ਇੱਕ ਇਗਜ਼ਾਮਪਲ ਉਹਨਾਂ ਲੋਕਾਂ ਲਈ ਵੀ ਜਿਹੜੇ ਕਹਿੰਦੇ ਆ ਕਿ ਜੀ ਮਾਸਟਰਸ ਆਲਰੇਡੀ ਕਰ ਲਈ ਅਤੇ ਆਸਟ੍ਰੇਲੀਆ ਹੁਣ ਕੀ ਪੜ੍ਹਾਈ ਕਰਨ ਜਾਵਾਂਗੇ। ਸੋ ਇੱਕ ਸੈਕਿੰਡ ਮਾਸਟਰਸ ਕਰਨ ਦੇ ਲਈ ਵੀ ਸਟੂਡੈਂਟ ਇੰਡੀਆ ਤੋਂ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰ ਸਕਦਾ। ਸੋ ਮਾਸਟਰਸ ਜਿਹੜੇ 2017 ਦੇ ਵਿੱਚ ਕਰ ਲਈ, ਇਟ ਵਾਸ ਮਾਸਟਰਸ ਆਫ ਆਰਟ ਸਾਇੰਸ ਦੇ ਵਿੱਚ, ਸਾਇੰਸ ਦੇ ਵਿੱਚ ਮਾਸਟਰਸ ਕਰਨ ਤੋਂ ਬਾਅਦ ਸਟੂਡੈਂਟ ਦੇ ਆਇਲਸ ਦਾ ਸਕੋਰ ਕਾਰਡ ਜੇ ਦੇਖ ਲਈਏ, ਬੜੇ ਵਧੀਆ ਆਇਲਸ ਦਾ ਸਕੋਰ ਹੈ ਓਵਰਆਲ, ਸੱਤ ਬੈਂਡ, 6.5 ਈਚ, ਬਟ ਸਪਾਊਸ ਦੀ ਕੁਆਲੀਫਿਕੇਸ਼ਨ +2 ਸੀਗੀ। ਸੋ ਇੱਕ ਮਾਸਟਰਸ ਪਾਸ ਕੁੜੀ ਦੇ ਨਾਲ, ਇੱਕ ਮਾਸਟਰਸ ਪਾਸ ਕੁੜੀ ਦੇ ਨਾਲ ਮੈਰਿਡ ਟੂ ਅ +2 ਪਾਸ ਹਸਬੈਂਡ, ਇਹਦਾ ਮਤਲਬ ਕਦੀ ਵੀ ਇਹ ਨਹੀਂ ਹੈਗਾ ਕਿ ਤੁਸੀਂ ਆਪਣਾ ਸਪਾਊਸ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਜਾਂ ਉਹ ਵੀਜ਼ਾ ਨਹੀਂ ਲੱਗ ਸਕਦਾ। ਸੋ ਆਹ ਵੀਜ਼ਾਜ਼ ਨੇ ਦੋਵਾਂ ਦੇ ਇਕੱਠੇ ਸੇਮ ਡੇਟ ਸੇਮ ਡੇ 'ਚ ਗ੍ਰਾਂਟ ਹੋਏ। ਡਿਪੈਂਡੈਂਟ ਕਿਤੇ ਨਹੀਂ ਲਿਖਿਆ ਹੁੰਦਾ, ਜੋ ਕਿ ਸਟੂਡੈਂਟ ਵੀਜ਼ਾ ਕੈਟਾਗਰੀ ਹੈ, ਦੈਟ ਇਜ਼ 500। ਸੋ ਸਟੂਡੈਂਟ ਦੇ ਵੀਜ਼ੇ ਦੇ ਉੱਤੇ ਵੀ 500 ਲਿਖਿਆ ਹੁੰਦਾ, ਸਪਾਊਸ ਦੇ ਡਿਪੈਂਡੈਂਟ ਵੀਜ਼ੇ ਦੇ ਉੱਤੇ ਵੀ ਸਟੂਡੈਂਟ ਵੀਜ਼ਾ 500 ਲਿਖਿਆ ਹੁੰਦਾ। ਸੋ ਕੋਈ ਵੀ ਬੰਦਾ, ਕੋਈ ਵੀ ਤੁਸੀਂ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ, ਹਸਬੈਂਡ ਵਾਈਫ ਇਕੱਠੇ ਜਾਣਾ ਚਾਹੁੰਦੇ ਹੋ, ਹਸਬੈਂਡ ਦੀ ਕੁਆਲੀਫਿਕੇਸ਼ਨ ਘੱਟ ਹੈ ਜਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਨਹੀਂ ਹੈਗੀ, ਉਹਨੇ ਇੰਗਲਿਸ਼ 'ਚ ਜਾ ਕੇ ਨਹੀਂ ਪੜ੍ਹਨਾ, ਸਟੂਡੈਂਟ ਨੇ ਪੜ੍ਹਨਾ, ਸਟੂਡੈਂਟ ਦੀ ਕੁਆਲੀਫਿਕੇਸ਼ਨ ਦੇ ਬੇਸ 'ਤੇ, ਸਟੂਡੈਂਟ ਦੀ GTE ਦੇ ਬੇਸ ਦੇ ਉੱਤੇ ਵੀਜ਼ਾ ਗ੍ਰਾਂਟ ਹੋਣਾ, ਨਾ ਕਿ ਸਪਾਊਸ ਦੀ ਕੁਆਲੀਫਿਕੇਸ਼ਨ ਦੇ ਬੇਸ ਦੇ ਉੱਤੇ। ਕਿਸੇ ਵੀ ਕਿਤਾਬ 'ਚ ਇਹ ਨਹੀਂ ਲਿਖਿਆ ਕਿ +2 ਪਾਸ ਸਪਾਊਸ ਹੋਵੇ ਅਤੇ ਇੱਕ ਕੁੜੀ ਜਾਂ ਕੋਈ ਮੁੰਡਾ ਅੱਗੋਂ ਜਾ ਕੇ ਆਪਣੀ ਮਾਸਟਰਸ ਜਾਂ ਬੈਚਲਰਸ ਡਿਗਰੀ ਕਰਨ ਨਹੀਂ ਜਾ ਸਕਦੇ। ਸੋ ਜੇ ਤੁਸੀਂ ਵੀ ਵਿਆਹੇ ਹੋ, ਤੁਸੀਂ ਵੀ ਆਪਣੇ ਹਸਬੈਂਡ ਦੇ ਨਾਲ ਜਾਣਾ ਚਾਹੁੰਦੇ ਹੋ, ਬਹੁਤ ਸਾਰੀਆਂ ਸਟੋਰੀਜ਼ ਇਹਦੇ ਨਾਲ ਹੋਰ ਵੀ ਰਲਦੀਆਂ, ਭਾਅ ਜੀ ਵਿਆਹ ਕਿੰਨਾ ਪੁਰਾਣਾ ਹੋਣਾ ਚਾਹੀਦਾ, ਫੋਟੋਆਂ ਚਾਹੀਦੀਆਂ, ਮੈਰਿਜ ਰਜਿਸਟ੍ਰੇਸ਼ਨ ਚਾਹੀਦੀ, ਪਾਸਪੋਰਟ ਦੇ ਉੱਤੇ ਨਾਮ ਹੋਣੇ ਚਾਹੀਦੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਕੇਸ ਟੂ ਕੇਸ ਡਿਪੈਂਡ ਕਰਦੀਆਂ। ਬਟ ਇਨ ਨਟਸ਼ੈਲ, ਜੇ ਤੁਸੀਂ ਹਸਬੈਂਡ ਵਾਈਫ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਸਪਾਊਸ ਵੀਜ਼ਾ ਦੇ ਉੱਤੇ, 100% ਐਲੀਜੀਬਿਲਟੀ ਬਣਦੀ ਹੈ, ਇਰਰਿਸਪੈਕਟਿਵ ਆਫ ਕਿ ਡਿਪੈਂਡੈਂਟ ਦੀ ਕੁਆਲੀਫਿਕੇਸ਼ਨ ਕੀ ਹੈ। ਸ਼ੁਕਰੀਆ ਜੀ, ਧੰਨਵਾਦ।